ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ। ਗਿੱਦੜਬਾਹਾ ਦੋਸਤੋ, ਗਿੱਦੜਬਾਹਾ ਤੋਂ ਬੜੀ ਅਹਿਮ ਖਬਰ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ। ਮੈਂ ਦੱਸਣਾ ਚਾਹੁੰਦਾ ਕਿ ਜੇਲ੍ਹ ਵਿਭਾਗ ਦੇ ਵਿੱਚ ਬਤੌਰ ਮੁਲਾਜ਼ਮ ਆਪਣੀਆਂ ਸੇਵਾ ਦੇ ਰਹੇ ਇੱਕ ਮੁਲਾਜ਼ਮ ਕਿਸ ਤਰ੍ਹਾਂ ਟਰੱਕ, ਬੱਸ ਔਰ ਮੋਟਰਸਾਈਕਲ ਸਵਾਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਰੋਬ ਜਿਹੜਾ ਹੈ ਉਹ DSP ਤੋਂ ਘੱਟ ਮਾਰਦਾ ਨਜ਼ਰ ਨਹੀਂ ਆ ਰਿਹਾ। ਪਹਿਲਾਂ ਜਿਹੜੀ ਵਾਇਰਲ ਵੀਡੀਓ ਮੈਂ ਦਿਖਾਉਣਾ ਚਾਹੁੰਦਾ ਉੱਤੇ ਮਾਰਦੇ ਹਾਂ ਨਜ਼ਰ, ਉਸ ਤੋਂ ਬਾਅਦ ਗੱਲਬਾਤ ਕਰਾਂਗੇ ਸੋਨੀ ਢਿੱਲਾ ਜੀ ਦੇ ਨਾਲ ਕਿ ਅਸਲ ਵਿੱਚ ਇਹ ਸ਼ਖਸ ਕੌਣ ਹੈ ਔਰ ਕਿਉਂ ਇਸ ਤਰ੍ਹਾਂ ਦੀ ਰੋਬ ਜਿਹੜਾ ਹੈ, ਇਸ ਤਰ੍ਹਾਂ ਦਾ ਰੋਬ ਝਾੜਦਾ ਨਜ਼ਰ ਆ ਰਿਹਾ। ਪਹਿਲਾਂ ਵੇਖੋ ਵਾਇਰਲ ਵੀਡੀਓ। ਚੱਲ ਉੱਥੇ ਕਰ ਲੈ, ਇਸਕਾ ਮੋਟਰਸਾਈਕਲ ਨੰਬਰ ਦਾ ਪੁਰਾਣਾ ਜੀ, ਇਸਕਾ ਪਿੱਛੇ ਨੰਬਰ ਕੋਈ ਨਹੀਂ ਹੈ ਇਸਕਾ, ਬਿਲਕੁਲ। ਔਰ ਇਹਨੂੰ ਵੀ ਟਰਾਂਸਪੋਰਟ ਟੀਮ ਪਰ ਬੈਰਲ ਕਰ ਦੇ ਬਸ। ਇਸ ਵੀਡੀਓ ਨਾਲ ਰਿਲੇਟਡ ਪੂਰੀ ਜਾਣਕਾਰੀ ਦੇਣ ਵਾਸਤੇ ਸੋਨੀ ਢਿੱਲਾ ਜੀ ਮੇਰੇ ਨਾਲ ਗਿੱਦੜਬਾਹਾ ਤੋਂ ਜੁੜ ਚੁੱਕੇ ਨੇ। ਸੋਨੀ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਸੋਮ ਜੀ, ਤੁਹਾਨੂੰ ਮੈਂ ਦੱਸਦਾ, ਜਿਹੜੇ ਦਿਨੋਂ ਦਿਨ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਖਾਕੀ ਵਰਦੀ ਹੈ, ਸ਼ਰਮਸ਼ਾਰ ਹੁੰਦੀ ਨਜ਼ਰ ਆਉਂਦੀ ਹੈ, ਤੇ ਲਗਾਤਾਰ ਜਿਹੜੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਸਾਹਮਣੇ ਆ ਰਹੀਆਂ ਹੈ। ਤੁਸੀਂ ਪਿਛਲੇ ਦਿਨ ਵੀ ਦੇਖਿਆ ਇੱਕ ਗਰੀਬ ਦੀ ਜਿਹੜੇ ਫੜੀ ਵਾਲੇ ਤੇ ਲੱਤ ਮਾਰਦਾ ਪੁਲਿਸ ਵਾਲਾ ਜਿਹੜਾ ਸਾਫ਼ ਦਿਖਾਈ ਦਿੱਤਾ ਸੀ। ਇਸੇ ਤਰ੍ਹਾਂ ਦਾ ਜਿਹੜਾ ਮਾਮਲਾ ਆਇਆ ਗਿੱਦੜਬਾਹਾ ਦੇ ਹੁਸਨਰ ਚੌਂਕ ਚ, ਜਿਹੜਾ ਇੱਕ ਜੇਲ੍ਹ ਵਿਭਾਗ ਵਿੱਚ ਤੈਨਾਤ ਸੀਗਾ ਮੁਲਾਜ਼ਮ, ਜਿਹੜਾ ਕਿ ਸਸਪੈਂਡ ਚੱਲ ਰਿਹਾ ਸੀ, ਦੱਸਣ ਮੁਤਾਬਕ ਉਹ ਆਪਣੇ ਆਪ ਨੂੰ ਵੱਡਾ ਅਫਸਰ ਦੱਸ ਕੇ ਜਿਹੜਾ ਬੱਸਾਂ ਵਾਲੇ, ਟਰੱਕਾਂ ਵਾਲੇ, ਮੋਟਰਸਾਈਕਲਾਂ ਵਾਲੇ, ਇੱਥੋਂ ਤੱਕ ਕਿ ਜਿਹੜੇ ਬੂਟ ਪਾਲਿਸ਼ ਕਰਨ ਵਾਲੇ, ਉਹਨਾਂ ਤੇ ਵੀ ਰੋਜ਼ ਝੜ ਕੇ ਬੂਟ ਪਾਲਿਸ਼ ਕਰਵਾ ਲੈਂਦਾ ਸੀਗਾ ਜੀ। ਤੇ ਉਹ ਜਿਹੜੀ ਆਪਣੇ ਜਿਹੜੇ ਵਹੀਕਲਾਂ ਦੀ ਚੈਕਿੰਗ ਕਰਦਾ ਸੀ, ਵਹੀਕਲਾਂ ਦੀ ਚੈਕਿੰਗ ਕਰਨ ਦੇ ਦੌਰਾਨ ਜਿਹੜੇ ਵਹੀਕਲਾਂ ਦੀ ਚੈਕਿੰਗ ਕਰਦਾ ਸੀ, ਉਹਨਾਂ ਨੂੰ ਕਹਿੰਦਾ ਸੀ ਕਾਗਜ਼ ਦਿਖਾਓ, ਉਹਦੇ ਕੋਈ ਨਾ ਨੰਬਰ ਪਲੇਟ ਲੱਗੀ ਸੀ, ਨਾ ਉਹਦੇ ਕੁਛ ਜਿਹੜੀ ਵਰਦੀ ਉੱਤੇ ਲਿਖਿਆ ਸੀਗਾ, ਤੇ ਜਿਹੜੀ ਉਹਦੀ ਜਿਹੜਾ ਉਹਦੀ ਦਿੱਖ ਸੀਗੀ, ਉਹ ਦਿੱਖ ਵੀ ਜਿਹੜੀ ਹੈਗੀ, ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਜਿਹੜੇ ਅਪਡੇਟ ਰਹਿੰਦੇ ਆ, ਜੋ ਉਹਨਾਂ ਨੂੰ ਗਾਈਡਲਾਈਨਸ ਜਿਹੜੀਆਂ ਉਹਨਾਂ ਦੇ ਅਫਸਰਾਂ ਵੱਲੋਂ ਦਿੱਤੀਆਂ ਗਈਆਂ ਹੁੰਦੀਆਂ, ਉਹ ਵੀ ਜਿਹੜੀ ਉਹਦੀ ਉਹ ਨਹੀਂ ਸੀ, ਤੇ ਸ਼ਰਾਬ ਵੀ ਉਹਦੀ ਲੋਕਾਂ ਦੇ ਅਨੁਸਾਰ ਜਿਹੜੀ ਪੀਤੀ ਹੋਈ ਸੀ, ਤੇ ਦੋਸਤਾਂ ਜਿਹੜੇ ਲੋਕਾਂ ਦੇ ਦੱਸਣ ਅਨੁਸਾਰ ਇਹਦਾ ਨਾਮ ਦੀਪਕ ਕੁਮਾਰ ਦੱਸਿਆ ਜਾ ਰਿਹਾ, ਜੋ ਕਿ ਵਾਰਡ ਨੰਬਰ 13 ਪੈਂਟਾਬਾਦ ਦਾ ਰਹਿਣ ਵਾਲਾ। ਤੇ ਲੋਕਾਂ ਦਾ ਕਹਿਣਾ ਵੀ ਸਵੇਰੇ ਸਵੇਰੇ ਜਿਹੜਾ ਹੈਗਾ ਜਿਹੜਾ ਹੁਸਨਰ ਚੌਂਕ ਦੇ ਵਿੱਚ ਆ ਜਾਂਦਾ, ਤੇ ਉਸ ਤੋਂ ਬਾਅਦ ਇਹ ਠੇਕੇ ਤੇ ਜਾਂਦਾ, ਉਸ ਤੋਂ ਬਾਅਦ ਇਹ ਜਿਹੜਾ ਦਾਰੂ ਪੀ ਕੇ ਉਸ ਤੋਂ ਬਾਅਦ ਚੌਂਕ ਦੇ ਵਿੱਚ ਵੜ ਜਾਂਦਾ। ਜਿੰਨੇ ਵੀ ਜਿਹੜੇ ਕੋਈ ਆਉਂਦੇ ਆ, ਮੋਟਰਸਾਈਕਲ ਵਾਲਾ ਆ ਗਿਆ, ਕਾਰ ਵਾਲਾ ਆ ਗਿਆ, ਬੱਸ ਵਾਲਾ ਆ ਗਿਆ, ਉਹਨਾਂ ਨੂੰ ਰੋਕ ਕੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਕਰਦਾ। ਜਿਹੜੀ ਇਹਨੇ ਲਾਸਟ ਗਲਤੀ ਕੀਤੀ ਵੀ ਇੱਕ ਟਰੱਕ ਵਾਲੇ ਨੂੰ ਰੋਕ ਲਿਆ, ਟਰੱਕ ਵਾਲਾ ਜਿਹੜਾ ਸੂਝਵਾਨ ਬੰਦਾ ਸੀਗਾ, ਟਰੱਕ ਵਾਲੇ ਨੂੰ ਜਦੋਂ ਟਰੱਕ ਵਾਲੇ ਨੇ ਇਸਦੀ ਜਿਹੜੀ ਮੁਲਾਜ਼ਮ ਦੀ ਜਿਹੜੀ ਦੇਖੀ, ਜਿਹੜੀ ਲੈਂਗੁਏਜ ਦੇਖੀ, ਮੁਲਾਜ਼ਮ ਦਾ ਗੱਲ ਕਰਨ ਦਾ ਢੰਗ ਦੇਖਿਆ, ਤੇ ਟਰੱਕ ਵਾਲੇ ਤੋਂ ਉਸਨੇ ਜਦੋਂ ਕਾਗਜ਼ ਵਗੈਰਾ ਮੰਗੇ ਵੀ ਸਾਨੂੰ ਕਾਗਜ਼ ਦੇ ਤੇ, ਅਸੀਂ ਕਾਗਜ਼ ਤੇਰੇ ਚੈੱਕ ਕਰਨੇ ਆ, ਟਰੱਕ ਵਾਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਜਿਹੜਾ ਸਮਾਂ ਚੱਲ ਰਿਹਾ, ਮੈਂ ਕਾਗਜ਼ ਤੁਹਾਡੇ ਹੱਥ ਨਹੀਂ ਦਊਂਗਾ, ਮੈਂ ਤੁਹਾਨੂੰ ਆਪਣੇ ਹੱਥ 'ਚ ਦਿਖਾ ਦਿੰਦਾ, ਕਾਗਜ਼ ਮੇਰੇ ਚੈੱਕ ਕਰ ਲਓ, ਸਾਰੇ ਸਹੀ ਆ। ਪਰ ਜਦੋਂ ਟਰੱਕ ਵਾਲਾ ਕੋਲੇ ਆਇਆ ਤੇ ਉਹਨੇ ਦੇਖਿਆ ਤੇ ਉਹਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਮੁਸ਼ਕ ਮਾਰ ਰਹੀ ਸੀ, ਤੇ ਇਸ ਕਰਕੇ ਟਰੱਕ ਵਾਲੇ ਨੂੰ ਸ਼ੱਕ ਹੋਇਆ। ਟਰੱਕ ਵਾਲੇ ਨੇ ਉਸ ਤੋਂ ਉਸ ਨਾਲ ਜਦੋਂ ਸਵਾਲ ਜਵਾਬ ਕੀਤਾ ਤਾਂ ਉਸਨੇ ਟਰੱਕ ਵਾਲੇ ਨਾਲ ਥੋੜ੍ਹੀ ਨੋਕ ਝੋਕ ਵੀ ਹੋਈ, ਤੇ ਇਸ ਜਿਹੜਾ ਉਸ ਜਿਹੜਾ ਮੁਲਾਜ਼ਮ ਸੀਗਾ, ਜਿਹੜਾ ਦੀਪਕ ਕੁਮਾਰ ਜਿਹੜਾ ਮੁਲਾਜ਼ਮ ਸੀ, ਉੱਥੋਂ ਜਿਹੜਾ ਮੋਟਰਸਾਈਕਲ ਲੈ ਕੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਟਰੱਕ ਵਾਲੇ ਨੇ ਨਾਲ ਦੀ ਨਾਲ 100 ਨੰਬਰ ਤੇ ਜਿਹੜਾ ਫੋਨ ਮਾਰ ਦਿੱਤਾ। 100 ਨੰਬਰ ਤੇ ਫੋਨ ਮਾਰਨ ਤੇ ਜਿਹੜੀ ਗਿੱਦੜਬਾਹਾ ਪੁਲਿਸ ਦੇ ਮੁਲਾਜ਼ਮ ਉੱਥੇ ਪਹੁੰਚ ਗਏ ਤੇ ਉਹਨੂੰ ਜਿਹੜਾ ਆਪਣਾ ਪੁਲਿਸ ਸਟੇਸ਼ਨ ਗਿੱਦੜਬਾਹਾ ਲੈ ਗਏ। ਕੀ ਸੋਨ ਜੀ, ਲੇਕਿਨ ਸੋਨੀ ਜੀ, ਇਸ ਸੰਬੰਧ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਕਰਨ ਦਾ ਮੌਕਾ ਮਿਲਿਆ? ਬਿਲਕੁਲ ਜੀ, ਬਿਲਕੁਲ, ਇਸ ਸੰਬੰਧ ਵਿੱਚ SHO ਗਿੱਦੜਬਾਹਾ ਅੰਗਰੇਜ਼ ਸਿੰਘ ਨਾਲ ਗੱਲਬਾਤ ਹੋਈ ਹੈ।
ਉਹਨਾਂ ਦਾ ਜਿਹੜਾ ਕਹਿਣਾ ਸੀ ਸਾਡੇ ਵੱਲੋਂ ਮੌਕੇ ਤੇ ਅਫਸਰ ਜਿਹੜੇ ਸਾਹਿਬਾਨ ਭੇਜ ਦਿੱਤੇ ਗਏ ਨੇ ਤੇ ਪੂਰੀ ਤਫਤੀਸ਼ ਕਰਦੇ ਨੇ ਤੇ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਵੀ ਕੋਈ ਕੰਪਲੇਂਟ ਆਉਂਦੀ ਹੈ। ਪਰ ਇੱਥੇ ਇੱਕ ਸਵਾਲ ਇਹ ਵੀ ਹੈ, ਦੇਖੋ ਵੀ ਇੱਕ ਗਰੀਬ ਬੰਦਾ ਜਿਹੜਾ ਫੂਡ ਪਾਲਚ ਕਰਦਾ ਉਸ ਤੇ ਰੋਹ ਮਾਰਨਾ ਜਿਹੜਾ ਨਕਲੀ ਕਵਾਂਗੇ ਕਿਉਂਕਿ ਉਹਦੀ ਡਿਊਟੀ ਨੀ ਬਣਦੀ ਸੀਗੀ। ਜੇਕਰ ਡਿਊਟੀ ਬਣਦੀ ਹੁੰਦੀ ਤਾਂ ਪ੍ਰੋਪਰ ਤੌਰ ਤੇ ਟੀਮ ਬਣਾ ਕੇ ਜਿਹੜਾ ਹੈਗਾ ਜਿਹੜੀ ਚੈਕਿੰਗ ਕਰਦੀ ਹੈ ਪੁਲਿਸ, ਪਰ ਇਹ ਉਸ ਤਰ੍ਹਾਂ ਨੀ ਕਰ ਰਿਹਾ ਸੀਗਾ ਤੇ ਇਹ ਵੀਡੀਓ ਜਿਹੜੀ ਉਹਦੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ। ਜੀ ਸੋਨੀ ਜੀ, ਬਹੁਤ ਬਹੁਤ ਮਿਹਰਬਾਨੀ ਸੋਨੀ ਜੀ, ਤੁਸੀਂ ਪੂਰੀ ਜਾਣਕਾਰੀ ਦਿੱਤੀ ਹੈ। ਦੋਸਤੋ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਦੱਸਿਆ ਤਾਂ ਇਹ ਜਾ ਰਿਹਾ ਕਿ ਜਿਹੜਾ ਜੇਲ੍ਹ ਦਾ ਜੇਲ੍ਹ ਵਿਭਾਗ ਦਾ ਮੁਲਾਜ਼ਮ ਹੈ ਜਿਹੜਾ ਕਿ ਆਲਰੇਡੀ ਸਸਪੈਂਡ ਦੱਸਿਆ ਜਾ ਰਿਹਾ, ਪਤਾ ਨਹੀਂ ਇਹਦੇ ਵਿੱਚ ਕਿੰਨੀ ਸੱਚਾਈ ਹੈ, ਲੇਕਿਨ ਕਿਸ ਤਰ੍ਹਾਂ ਲੋਕਾਂ ਦੇ ਉੱਪਰ ਜਿਹੜਾ ਰੋਬ ਹੈ ਉਹ ਝਾੜਦਾ ਨਜ਼ਰ ਆਉਂਦਾ ਹੈ, ਖਾਸ ਕਰਕੇ ਗਰੀਬ ਜਿਹੜੇ ਬੂਟ ਪੋਲਿਸ਼ ਕਰਦੇ ਨੇ ਜਿਹੜੇ ਰੋਜ਼ਮਰਾ ਦੀ ਜ਼ਿੰਦਗੀ 'ਚ ਕਮਾਉਂਦੇ ਨੇ ਉਹਨਾਂ ਦੇ ਉੱਪਰ ਰੋਬ ਝਾੜਦਾ ਨਜ਼ਰ ਆਇਆ। ਆਖਿਰਕਾਰ ਗੱਲ ਪਹੁੰਚਦੀ ਪਹੁੰਚਦੀ ਉੱਚ ਅਧਿਕਾਰੀਆਂ ਤੱਕ ਪਹੁੰਚੀ ਔਰ ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਮੇਰਾ ਨਾਮ ਜਗਜੀਤ ਸਿੰਘ ਹੈ, ਮੈਂ ਪਿੰਡ ਮਹਿਮੇ ਸਵਾਈ ਦੇ ਰਹਿਣ ਵਾਲਾ ਅਤੇ ਗਿੱਦੜਵੇ ਹੁਸਨਰ ਚੌਂਕ 'ਤੇ 3 ਨੰਬਰ 'ਤੇ ਸੁਪਰਵਾਈਜ਼ਰੀ ਦਾ ਬਕਾਇਆ ਇੱਥੇ ਪੁਲ 'ਤੇ ਕੰਮ ਦੇਖਦਾ। ਇਹ ਜਿਹੜਾ ਪੁਲਿਸ ਮੁਲਾਜ਼ਮ ਹੈ ਡੇਲੀ ਸ਼ਰਾਬ ਪੀਤੀ ਹੁੰਦੀ ਇਹਦੀ, 3:30-4 ਵਜੇ ਤੋਂ ਬਾਅਦ ਆ ਕੇ ਹਰ ਇੱਕ ਟਰੱਕ ਵਾਲੇ ਤੋਂ ਘੇਰ ਕੇ ਪੈਸੇ ਬਟੋਰਦਾ, ਨਜਾਇਜ਼ ਵਸੂਲੀ ਕਰਦਾ ਹੈ। ਇਹਦਾ ਐਂ ਨਹੀਂ ਪਤਾ ਵੀ ਇਹ ਪੁਲਿਸ ਮੁਲਾਜ਼ਮ ਹੈਗਾ ਕਿ ਹੈ ਨਹੀਂਗਾ। ਇੱਕ ਇਤਲਾਹ ਮਿਲੀ ਸੀ ਵੀ ਕੋਈ ਇੱਕ ਪੁਲਿਸ ਮੁਲਾਜ਼ਮ ਵਰਦੀ 'ਚ ਚੌਂਕ ਦੇ ਵਿੱਚ ਹੁਸਨ ਚੌਂਕ 'ਚ ਖੜ੍ਹਾ ਜੋ ਸ਼ੱਕੀ ਹਾਲਤ ਵਿੱਚ ਹੈ, ਅਤੇ ਜਿਸ ਬਾਰੇ ਜਿਹੜੀ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾਊਗੀ, ਉਸ ਸੰਬੰਧੀ ਡਿਊਟੀ ਅਫਸਰ ਨੂੰ ਮੌਕਾ 'ਤੇ ਭੇਜਿਆ। ਮੇਰਾ ਨਾਮ ਨੈਬ ਹੈ ਜੀ, ਮੈਂ ਇੱਕ ਟਰੱਕ ਚਾਲਕ ਹੂੰ, ਮੈਂ ਹਰਿਆਣੇ ਦਾ ਰਹਿਣ ਵਾਲਾ ਹੂੰ। ਮੈਂ ਹਿਮਾਚਲ ਪ੍ਰਦੇਸ਼ ਸੇ ਮਾਲ ਲੈ ਕੇ ਆਇਆ ਤਾਂ ਪੰਜਾਬ ਮੇਂ ਭੁੱਚੋ ਬਠਿੰਡੇ ਕੇ ਪਾਸ, ਵਹਾਂ ਸੇ ਮਾਲ ਖਾਲੀ ਕਰਕੇ ਮੇਰੇ ਕੋ ਗੰਗਾਨਗਰ ਜਾਣਾ ਤਾਂ ਲੋਡਿੰਗ ਕੇ ਲੀਏ। ਜੈਸੇ ਮੈਂ ਗਿੱਦੜਬਾਹਾ ਸੇ ਗੁਜ਼ਰ ਰਹਾ ਥਾ, ਇੱਕ SDM ਦਫ਼ਤਰ ਕੇ ਪਾਸ ਮੁਲਾਜ਼ਮ ਖੜ੍ਹਾ ਥਾ ਔਰ ਉਸਨੇ ਮੇਰੇ ਕੋ ਹੱਥ ਮਾਰ ਲਿਆ, ਤੋ ਮੈਨੇ ਗਾੜੀ ਸਾਈਡ ਮੇਂ ਲਗਾ ਲਈ। ਪੁੱਛਤੇ ਹੈ ਕਿਆ ਹੈ, ਉਹ ਬੋਲਾ ਵੀ ਆਪਣੇ ਕਾਗਜ਼ ਚੈੱਕ ਕਰਾਓ। ਮੈਨੇ ਬੋਲਾ ਉਸਕੋ ਵੀ ਕਾਗਜ਼ ਔਨਲਾਈਨ ਚੈੱਕ ਕਰ ਲਓ, ਅੱਜ ਤੋਂ ਜ਼ਮਾਨਾ ਬਦਲ ਗਿਆ ਜੀ, ਔਨਲਾਈਨ ਦਾ ਜ਼ਮਾਨਾ ਆ ਗਿਆ। ਉਹ ਬੋਲਾ ਵੀ ਮੇਰੇ ਕੋ ਨਹੀਂ ਕਰਨਾ ਆਤੇ ਹੈ। ਉਸਨੇ ਜ਼ਿਆਦਾ ਮੇਰੇ ਸਾਥ ਜ਼ੋਰ ਜ਼ਬਰਦਸਤੀ ਕਰਨ ਵਾਲੀ ਬੋਲੀ, ਮੈਨੇ ਫਾਈਲ ਨਿਕਾਲ ਲਈ। ਉਹ ਬੋਲੇ ਫਾਈਲ ਮੇਰੇ ਹੱਥ ਮੇਂ ਦੇ ਦੇ, ਮੈਨੇ ਉਸਕੋ ਫਾਈਲ ਨਹੀਂ ਦੀ। ਮੈਂ ਕਿਹਾ ਵੀ ਕਰੋਨਾ ਕੀ ਮਹਾਮਾਰੀ ਹੈ, ਕਿਆ ਬਤਾ ਆਪਕੇ ਹੱਥ ਕੈਸੇ ਹੈ, ਮੇਰੇ ਕੈਸੇ ਹੈ, ਕੁਛ ਪਤਾ ਨਹੀਂ ਹੈ, ਵੀ ਮੈਂ ਆਪਕੋ ਕਾਜੋਂ ਕਾ ਹੱਥ ਲਗਾਉਣੇ ਦੂੰਗਾ, ਐਸੇ ਹੀ ਦਿਖਾਊਂਗਾ। ਉਹ ਬੋਲਾ ਵੀ ਨਹੀਂ, ਤਾਂ ਉਸਨੇ ਗਲ ਕੱਢ ਦੀ ਜੀ ਮਾਰੇ ਕੋ, ਗਲ ਕੱਢਨੇ ਪਰ ਮਾਰੀ ਸੀ ਥੋੜ੍ਹੇ ਸਾਥ ਤੂੰ ਮੈਂ ਹੋ ਗਈ। ਹਮਨੇ ਦੇਖੇ ਜਿਸਕੇ ਜੇਬ ਪਿੰਨ ਕੋਈ ਨੇਮ ਪਲੇਟ ਨਹੀਂ ਲੱਗੀ ਹੋਈ ਤੀ, ਕੋਈ ਇਸਕਾ ਬੈਲਟ ਨੰਬਰ ਨਹੀਂ ਥਾ। ਤੀਸਰੇ ਨੰਬਰ ਉਸਨੇ ਡਰਿੰਕ ਕਰ ਰੱਖੀ ਸੀ ਸਭ ਤੋਂ ਜ਼ਿਆਦਾ, ਡਰਿੰਕ ਸੇ ਮਾਰੇ ਕੋ ਨਫ਼ਰਤ ਆ ਗਈ, ਇਹ ਬੰਦਾ ਜਾਲੀ ਹੈ, ਇਹ ਕੋਈ ਮੁਲਾਜ਼ਮ ਨਹੀਂ ਹੈ ਪੰਜਾਬ ਪੁਲਿਸ ਦਾ। ਤਾਂ ਮਾਨੇ ਉਸਕੇ ਲੱਛਣ ਦੇਖੇ, ਉਸਨੇ ਕੋਈ ਦਾੜੀ ਨਹੀਂ ਬਣਾਈ ਹੋਈ ਤੀ, ਕੋਈ ਕੁਛ ਨਹੀਂ ਦੀ, ਐਸੇ ਹੀ ਥਾ ਜੈਸੇ ਇੱਕ ਆਮ ਆਦਮੀ ਹੋਇਆ। ਤਾਂ ਮਾਨੇ ਜੀ ਯਹਾਂ ਪੇ ਦੇਖਿਆ ਵੀ ਇਹ ਤਾਂ ਲੋਕਾਂ ਸੇ ਪੈਸੇ ਲੈ ਰਿਹਾ ਹੈ ਔਰ ਆਪਣਾ ਛੋੜ ਰਿਹਾ ਹੈ। ਉਹ ਬੋਲਿਆ ਵੀ ਕੁਝ ਕਰ ਲਓ, ਚਾਹੇ ਪਾਣੀ ਕਾ ਇੰਤਜ਼ਾਮ ਆਪਣਾ ਜਾਓ। ਮੈਨੇ ਬੋਲਿਆ ਵੀ ਮੇਰਾ ਯਹਾਂ ਸੀ ਪੱਪੂ ਜਾਣਕਾਰ ਹੈ ਗਿੱਦੜ ਬਾਹੇ ਮੈਂ, ਆਪ ਉਸਕੇ ਸਾਥ ਜਾ ਕੇ ਪੁੱਛ ਸਕਤੇ ਹੈ ਵੀ ਗਾੜੀ ਯਹਾਂ ਕਮ ਸੇ ਕਮ 10 ਸਾਲ ਤੋਂ ਚੱਲ ਰਹੀ ਹੈ, ਮੈਂ ਲੋਕਲ ਰਹਿਣ ਵਾਲਾ ਹੂੰ, ਕੋਈ ਬਾਹਰ ਕਾ ਨਹੀਂ ਹੂੰ। ਮੇਰੇ ਪਾਸ ਕੁਛ ਗਾੜੀ ਮੈਂ ਲੋੜ ਨਹੀਂ ਹੈ, ਕੋਈ ਡਾਲਾ ਖੁੱਲ੍ਹਾ ਨਹੀਂ, ਓਵਰਰਾਈਡ ਨਹੀਂ ਹੈ, ਕੋਈ ਮੈਂ ਗਲਤ ਡਰਾਈਵਿੰਗ ਨਹੀਂ ਕਰ ਰਿਹਾ ਹਾਂ, ਵੀ ਡੇਂਜਰ ਡਰਾਈਵਿੰਗ ਕਰ ਰਿਹਾ ਹਾਂ, ਮੇਰੇ ਕੋਲ ਰੋਕ ਰਹੇ ਹੋ, ਤਾਂ ਆਪ ਜੀ ਮੇਰੇ ਕੋਲ ਐਸੇ ਕਿਉਂ ਬੋਲ ਰਹੇ ਹਾਂ। ਜੈਸੇ ਮਾਰੇ ਕੋਲ ਸ਼ੱਕ ਹੋਇਆ, ਮੈਨੇ 100 ਨੰਬਰ ਪਰ ਕਾਲ ਕੀ ਔਰ ਵਹਾਂ ਸੇ ਮਾਰੇ ਕੋਲ ਫੋਰਨ ਡਿਪਾਰਟਮੈਂਟ ਕੇ ਬੰਦੇ ਆ ਗਏ। ਸ਼ੱਕ ਹੋਣੇ ਪਰ ਕਿਹਾ ਮੈਨੇ ਵੀ ਜੈਸੇ ਉਹ ਬੰਦਾ ਜਾਲੀ ਲੱਗਿਆ ਤਾ, ਤਾਂ ਵਹਾਂ ਸੇ ਪੁਲਿਸ ਆ ਗਈ ਔਰ ਪੁਲਿਸ ਆਉਣੇ ਪਰ ਜੀ ਉਸਕੋ ਆਪਣਾ ਲੈ ਕੇ ਫੜ ਕੇ, ਆਪ ਉਸਕੇ ਮੋਟਰਸਾਈਕਲ ਕੀ ਵੀਡੀਓ ਮੈਨੇ ਬਣਾਈ ਹੈ, ਦੇਖੋ ਹਮ ਟਰਾਂਸਪੋਰਟ ਟੀ ਵੀ ਪੇ ਵੀ ਲਗਾਏਗੇ ਜੀ, ਕਿਆ ਕਿਆ ਹੋਗਾ ਸੁਣਵਾਈ ਇਸ ਕਿਆ ਜੀ। ਦੇਖੋ ਇਹ ਪ੍ਰਸ਼ਾਸਨ ਕਿਆ ਕਿਆ ਤੁਸੀਂ ਮੰਗ ਕਰਾਂ ਵੀ ਟਰੱਕ ਚਾਲਕੋਂ ਕੇ ਸਾਥ ਐਸਾ ਨਾ ਕਰਿਆ ਜਾ, ਹਮ ਲੋਕੋਂ ਕਾ ਪੇਟ ਭਰ ਰਹੇ ਹਾਂ, ਆਪਣੇ ਬੱਚੋਂ ਕੋ ਆਪਣੇ ਮਾਂ ਬਾਪੋਂ ਕੋ ਛੋੜ ਛੋੜ ਕੇ ਸਬਜ਼ੀ ਔਰ ਇਹ ਆੜਾ ਕਬਾੜਾ ਜੋ ਦਵਾਈਆਂ ਧੋ ਰਹੇ ਹਾਂ, ਇੱਧਰ ਉਸੇ ਉੱਧਰ ਦੂਧ ਫਲ ਅਖਬਾਰ ਕੱਪੜਾ ਪੇਪਰ ਸਭ ਡਰਾਈਵਰ ਢੋਤਾ ਹੈ, ਜੋ ਸਵੇਰੇ ਲੋਕ ਅਖਬਾਰ ਪੜ੍ਹਦੇ ਹਾਂ ਨਾ ਬੈਠ ਕੇ, ਸਭ ਤੋਂ ਪਹਿਲਾਂ ਡਰਾਈਵਰ ਲੈ ਕੇ ਆਤਾ ਹੈ ਉਸਕੋ, ਉਹ ਸਾਰੀ ਰਾਤ ਗਾੜੀ ਚਲਾਤਾ ਹੈ ਔਰ ਸਵੇਰੇ ਇਹ ਡਿਪਾਰਟਮੈਂਟ ਵਾਲੇ ਅਸੀਂ ਤੰਗ ਕਰਦੇ ਹਾਂ, ਜੋ ਕਰਨ ਵਾਲੇ ਹਾਂ ਉਹ ਨਹੀਂ ਕਰਤੇ, ਜੋ ਇਹ ਦੂਸਰੇ ਰਲ ਜਾਤੇ ਹੈ ਵਿੱਚ ਮੇਂ, ਇਹ ਲੋਕ ਕਰ ਦਿੱਤੇ ਹੈ, ਬਦਨਾਮ ਉਨਕੋ ਕਰ ਦਿੱਤੇ ਹੈ ਡਿਪਾਰਟਮੈਂਟ ਵਾਲਿਆਂ ਕੋ।
देखो यहाँ पे पहले ट्रैफिक वाले खड़े थे, कभी मारे हो किसी ने हाथ नहीं मारे, मारने किसी को हरासमेंट नहीं किया। और जिसने जिसके गाड़ काटी ना जब मारे को तो यार भी ये बंदा डुप्लीकेट है, ये कोई असली। मैं कृष्ण लाल है, 40 साल तो मैं बूट पास कर रहे हैं दफ्तर सामने, ठीक है। जो भी ये पास कराऊंगा तो बूट पास करा के पैसे मिल जाए। मैं दीपक कुमार का नाम है, प्याज मैं पुलिस मुलाजिम में लगे, असं आपके रोटी रुटी कमाने उ करना तो उ खाना, तो असल में छड़ते रहिए फिर पैसे ਲੋਕਾਂ ਤੋਂ ਵੀ ਹੋਰ ਵੀ ਪੈਸੇ ਲਈਏ ਤਾਂ 200 ਰੁਪਇਆ 50 ਰੁਪਏ ਇੱਥੇ ਘੇਰ ਕੇ ਖੜ੍ਹ ਜਾਂਦਾ। ਮੇਰਾ ਨਾਮ ਪ੍ਰੀਤ ਸਿੰਘ, ਪ੍ਰੀਤ ਸਿੰਘ ਆ ਗਿੱਦੜਵਾ ਰਹਿਣ ਵਾਲਾ, ਮੈਂ ਉਸ ਨਰ ਚੌਂਕ ਦੇ ਵਿੱਚ ਰਹਿਣ ਵਾਲਾ। ਜਿਹੜਾ ਪੁਲਿਸ ਦੀਪਕ ਕੁਮਾਰ ਇਹ ਪੁਲਿਸ ਦੀ ਵਰਦੀ ਪਾ ਕੇ ਪਹਿਲਾਂ ਸ਼ਰਾਬ ਪੀ ਕੇ ਠੇਕੇ ਦੇ ਵਿੱਚ ਖੜ੍ਹਾ ਰਹਿੰਦਾ, ਜੋ ਵੀ ਮੋਟਰਸਾਈਕਲ ਜਾਂਦਾ ਜਾਂ ਬੱਸ ਜਾਂਦੀ ਆ ਉਸਨੂੰ ਘੇਰ ਕੇ ਖੜ੍ਹ ਜਾਂਦਾ। ਤੁਹਾਡੇ ਵਿੱਚ 20 ਸਵਾਰੀਆਂ ਜਾਂ 25 ਸਵਾਰੀਆਂ, 500 ਰੁਪਇਆ ਦਿਓ ਜਾਂ 1000 ਦਿਓ ਫਿਰ ਜਾਣ ਦੇਊਂਗਾ। ਫਿਰ ਇਸ ਬਾਰੇ ਇਹ ਬਹੁਤ ਲੋਕਾਂ ਨੂੰ ਤੰਗ ਕਰਦਾ, ਉਹਨਾਂ ਤੋਂ ਪੈਸੇ ਲੈਂਦਾ, ਫਿਰ ਉਸਦੇ ਵਿੱਚ ਠੇਕੇ 'ਤੇ ਜਾ ਕੇ ਸ਼ਰਾਬ ਪੀ ਕੇ ਉਹਨਾਂ ਨੂੰ ਤੰਗ ਕਰਦਾ, ਠੀਕ ਹੈ ਜੀ। ਇਹਨਾਂ ਨਾਲ ਸਖ਼ਤ ਤੋਂ ਸਖ਼ਤ ਕਾਰਵਾਈ ਹੋਈ ਜਾਵੇ, ਇਹਦੇ 'ਤੇ ਪਰਚਾ ਕੀਤਾ ਜਾਵੇ, ਇਹ ਸਾਨੂੰ ਦੱਸਿਆ ਜਾਵੇ ਵੀ ਪੁਲਿਸ ਮੁਲਾਜ਼ਮਾਂ ਕਿ ਜਾਅਲੀ ਪੁਲਿਸ ਮੁਲਾਜ਼ਮਾਂ। ਟ੍ਰੈਫਿਕ ਵਾਲਿਆਂ ਨੇ ਵੀ ਇਹ ਦੱਸ ਦਿੱਤਾ ਕਿ ਪੁਲਿਸ ਮੁਲਾਜ਼ਮ ਨਹੀਂ ਹੈ, ਕਿਉਂਕਿ ਸਾਡੇ ਡਿਪਾਰਟਮੈਂਟ ਵਿੱਚ ਨਹੀਂ ਹੈ। ਸਾਡੀ ਬੱਸ ਲੈ ਕੱਲ੍ਹ ਪਰਸੋਂ ਕੇਰੀ ਕਿ ਉਸਦੇ ਵਿੱਚ 15 ਸਵਾਰੀਆਂ ਹੀ ਸੀ। ਮੈਂ ਅੱਡਾ ਇੰਚਾਰਜ ਆ, ਉਹਨਾਂ ਨੇ ਮੈਨੂੰ ਫੋਨ ਕੀਤਾ ਅਤੇ ਮੈਂ ਤੁਰੰਤ ਜਾ ਕੇ ਦੇਖਿਆ ਮੇਰੀ ਬੱਸ ਵਿੱਚ 15 ਸਵਾਰੀਆਂ ਹੀ ਸੀ ਅਤੇ ਮੇਰੇ ਕੋਲ ਬੱਸ ਠੇਕੇ 'ਤੇ ਲਈ ਸੀ। ਇਸ ਨੇ ਮੈਥੋਂ 2000 ਰੁਪਇਆ ਮੰਗਿਆ ਅਤੇ ਮੈਂ ਇਸ ਨੂੰ ਕਹਿਤਾ ਮੇਰੇ ਕੋਲ ਠੇਕੇ 'ਤੇ ਆ, ਜੋ ਕੁਛ ਕਰਨਾ ਜਿਹਨੂੰ ਵੀ ਸੱਦਣਾ ਉਹਨੂੰ ਸੱਦ ਲੈ, ਮੇਰੇ ਕੋਲ 15 ਸਵਾਰੀਆਂ ਜੀ। ਇਹ ਗਰੀਬਾਂ ਨੂੰ ਨਾ ਤੰਗ ਕਰੇ, ਗਰੀਬ ਅੱਗੇ ਰੋਜੀ ਰੋਟੀ ਦੇ ਮਾਰੇ ਆ, ਕਰੋਨਾ ਦੀ ਮਾਰ ਦੇ ਵਿੱਚ ਆਏ ਹੋਏ ਆ, ਕੰਮ ਮਿਲ ਨਹੀਂ ਰਿਹਾ ਜੀ। ਇਹੀ ਬੇਨਤੀ। ਏਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ, 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੋਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ, ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।